ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਵਿੱਚ ਬਿਰਾਜਮਾਨ ਨੇ ਅਤੇ ਉਹਨਾਂ ਦੇ ਜਿਹੜੇ ਆ ਸਜਾਇਆ ਗਿਆ ਤਾਂ ਲੱਖਾਂ ਲੋਕ ਆ ਜਿਹੜੇ ਬਾਬਾ ਅਭਿਸ਼ੇਕ ਫਰੀਦ ਦੇ ਮੇਲੇ 'ਤੇ ਆਉਂਦੇ ਨੇ ਤਾਂ ਲੱਖਾਂ ਦੀ ਤਾਦਾਦ 'ਚ ਇੱਥੇ ਸੰਗਤ ਆਉਂਦੀ ਆ। ਤੁਸੀਂ ਵੇਖੋ ਕਿਸ ਤਰ੍ਹਾਂ ਸੰਗਤ ਜਿਹੜੀ ਨੇ ਸਭ ਤੋਂ ਪਹਿਲਾਂ ਅੱਗੇ ਆ, ਕਿਸ ਤਰ੍ਹਾਂ ਝਾੜੂ ਜਿਹੜੇ ਬੁੱਕਰਾਂ ਮਾਰੀਆਂ ਜਾ ਰਹੀਆਂ ਨੇ ਸਾਫ਼ ਸਫਾਈ ਕੀਤੀ ਜਾ ਰਹੀ ਹੈ, ਪੂਰਾ ਪਵਿੱਤਰ ਆ ਜਿਹੜਾ ਉਹ ਜਗ੍ਹਾ ਨੂੰ ਕੀਤਾ ਜਾ ਰਿਹਾ, ਕਿਉਂਕਿ ਗੁਰੂ ਮਹਾਰਾਜ ਦੀ ਸਵਾਰੀ ਹੋਣੀ ਹੈ ਤਾਂ ਟਿੱਲਾ ਬਾਬਾ ਸ਼ੇਖ ਫਰੀਦ ਤੋਂ ਸਵਾਰੀ ਜਾਣੀ ਮਾਈ ਗੋਦੜੀ ਸਾਹਿਬ ਜਿੱਥੇ ਬਾਬਾ ਫਰੀਦ ਦੀ ਇੱਕ ਜਗ੍ਹਾ ਬਣੀ ਹੈ ਮਾਈ ਗੋਦੜੀ ਸਾਹਿਬ ਉੱਥੇ ਜਾਣੀ ਹੈ ਤਾਂ ਦੱਸਦੇ ਹੀ ਹੈ ਕਿ ਲੱਖਾਂ ਦੀ ਤਾਦਾਦ ਲੋਕ ਪਹੁੰਚੇ ਨੇ ਉੱਥੇ। ਉਸ ਤੋਂ ਬਾਅਦ ਜਦੋਂ ਸਮਾਪਤੀ ਹੋਊਗੀ ਤਾਂ ਉੱਥੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ, ਇੱਕ ਮਹਾਨ ਸ਼ਖਸੀਅਤ ਜਿਹੜੇ ਕਿ ਸੰਦੀਪ ਜਿਹੜਾ ਦੱਸ ਕੇ SP ਉਬਰਾਏ ਉਹਨਾਂ ਨੂੰ ਵੀ ਉਹਨਾਂ ਸਨਮਾਨਿਤ ਕੀਤਾ ਜਾਵੇ। ਉਹਨਾਂ ਕਈ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਅਤੇ ਵੱਡੀ ਇੱਕ ਸ਼ਖਸੀਅਤ ਨੇ SP ਉਬਰਾਏ ਉਹਨਾਂ ਨੂੰ ਵੀ ਉੱਥੇ ਸਨਮਾਨਿਤ ਕੀਤਾ ਜਾਵੇਗਾ। ਲੇਕਿਨ ਸੰਗਤਾਂ ਦੀ ਗੱਲ ਕਰੀਏ ਤਾਂ ਸੰਗਤਾਂ ਦਾ ਪੂਰਾ ਹੜ ਇਸ ਵੇਲੇ ਫਰੀਦਕੋਟ ਤੋਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਨੇ ਪੂਰੇ ਦੂਰ ਦੂਰ ਤੋਂ ਪਹੁੰਚੀਆਂ ਨੇ ਤਾਂ ਮਹਾਰਾਜ ਦੀ ਸਵਾਰੀ ਤੋਂ ਅੱਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਹੈ ਜਿਹੜੀ ਉਹ ਪਾਲਕੀ ਸਾਹਿਬ ਸਜਾਈ ਗਈ ਹੈ ਤਾਂ ਉਸ ਦੇ ਵਿੱਚ ਕਈ ਇਹ ਜਿਹੜੇ ਸ਼ਰਧਾਲੂ ਨੇ ਪਿੱਛੇ ਬੈਕ ਸਾਈਡ ਜਿਹੜੇ ਲੋਕ ਨੇ ਜਿਹੜੇ ਸ਼ਰਧਾਲੂ ਨੇ ਭਗਤ ਨੇ ਉਹ ਅੱਗੇ ਜਗ੍ਹਾ ਨੂੰ ਸਾਫ਼ ਕਰਦੇ ਹੁੰਦੇ ਨੇ, ਕਿਉਂਕਿ ਪਵਿੱਤਰ ਮਹਾਰਾਜ ਦੀ ਜਿਹੜੀ ਸਵਾਰੀ ਹੈ ਉਹਦੇ ਲਈ ਜਿਹੜੀ ਪਵਿੱਤਰ ਜਗ੍ਹਾ ਜਾਂ ਤਾਂ ਪਾਣੀ ਦਾ ਛਿੜਕਾਅ ਕੀਤਾ ਗਿਆ। ਉਸ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੀ ਸੰਗਤ ਹੈ ਉਹ ਇੱਥੇ ਬੁੱਕਰ ਨਾਲ ਜਿਹੜੀ ਸਾਫ਼ ਸਫਾਈ ਕਰ ਰਹੇਗੀ। ਆਖਿਰਕਾਰ ਗੁਰੂ ਮਹਾਰਾਜ ਦੀ ਸਵਾਰੀ ਹੋਣੀ ਹੈ ਤਾਂ ਤੁਸੀਂ ਸਵਾਰੀ ਦੀ ਤਸਵੀਰਾਂ ਤੁਹਾਨੂੰ ਦਿਖਾ ਦਾਂ ਕਿ ਸੰਗਤ ਦਾ ਕਿੰਨਾ ਹੜ ਇਹ ਆਇਆ ਵਿਆ ਤਾਂ ਲੋਕ ਆ ਜਿਹੜੇ ਦੂਰ ਦੂਰ ਤੋਂ ਆਏ ਨੇ ਵਿਦੇਸ਼ਾਂ ਦੀ ਸੰਗਤਾਂ ਉਹ ਵੀ ਇੱਥੇ ਬਾਬਰੀ ਜਾ ਕੇ ਇੱਥੇ ਪਹੁੰਚਦੀਆਂ ਨੇ ਅਤੇ ਨਤਮਸਤਕ ਹੁੰਦੀਆਂ ਨੇ। ਤਾਂ ਜਿਹੜਾ 5 ਰੋਜ਼ਾ ਮੇਲਾ ਟਿੱਲਾ ਬਾਬਾ ਸ਼ੇਖ ਫਰੀਦ ਦਾ ਹੁੰਦਾ, ਬਾਬਾ ਫਰੀਦ ਦਾ ਮੇਲਾ ਜਿਹੜਾ ਚੱਲਦਾ ਤਾਂ ਅੱਜ ਜਿਹੜਾ 23 ਤਰੀਕ ਨੂੰ ਜਿਹੜੇ ਦੱਸ ਦਈਏ ਅਤੇ ਸਮਾਪਤੀ ਹੁੰਦੀ ਹੈ 23 ਤਰੀਕ ਨੂੰ। ਇੱਥੋਂ ਟਿੱਲਾ ਬਾਬਾ ਸ਼ੇਖ ਫਰੀਦ ਤੋਂ ਬਾਰੇ ਦੀ ਸਵਾਰੀ ਹੈ, ਇੱਥੋਂ ਪਾਲਕੀ ਸਾਹਿਬ ਸਜਾ ਕੇ ਪੂਰੀ ਫੁੱਲਾਂ ਨਾਲ ਪਾਲਕੀ ਸਾਹਿਬ ਸਜਾਈ ਜਾਂਦੀ ਹੈ, ਤਾਂ ਇੱਥੋਂ ਜਾ ਕੇ ਗੋੜੀ ਸਾਹਿਬ ਜਾ ਕੇ ਉੱਥੇ ਸਮਾਪਤ ਕੀਤੀ ਜਾਂਦੀ ਹੈ ਅਤੇ ਉੱਥੇ ਬੱਚੇ ਨੇ ਜਿਹੜੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ, ਜਿਹੜੇ ਬੱਚਿਆਂ ਨੇ ਗੇਮਾਂ 'ਚ ਜਾਂ ਕੰਪੀਟੀਸ਼ਨ ਜਿਹੜਾ ਭਾਗ ਲਿੱਤੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਉੱਥੇ ਇੱਕ ਵੱਡੀ ਸ਼ਖਸੀਅਤ ਜਿਹੜੀ ਦਾਦਗੀ SP ਉਬਰਾਏ ਜਿਹੜੇ ਆਪਣੇ ਆਪ 'ਚ ਇੱਕ ਵੱਡੀ ਸ਼ਖਸੀਅਤ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ, ਕਿਉਂਕਿ ਉਹਨਾਂ ਨੇ ਕਾਫੀ ਇਹ ਸੇਵਾ ਦੇ ਜਿਹੜੇ ਕੰਮ ਕੀਤੇ ਨੇ, ਲੋਕ ਸੇਵਾ ਦੇ ਕੰਮ ਕੀਤੇ ਨੇ, ਇਸ ਕਰਕੇ ਉਹਨਾਂ ਦਾ ਸਨਮਾਨ ਆ ਜਿਹੜਾ ਉਹ ਵੀ ਉੱਥੇ ਰੱਖਿਆ ਗਿਆ। ਤਾਂ ਅੱਜ ਫਰੀਦਕੋਟ ਧਰਤੀ ਦੇ ਕਾਫੀ ਸੰਗਤਾਂ ਜਿਹੜੀਆਂ ਉਹ ਪਹੁੰਚੀਆਂ ਨੇ, ਤਾਂ ਜਿਹੜੀ ਗੱਲ ਕਰੀਏ ਤਾਂ ਲੋਕਾਂ ਦਾ ਜਿਹੜਾ ਹੜ ਹੈ ਉਹ ਆਇਆ ਹੋਇਆ ਤਾਂ ਇੱਥੇ ਸੰਗਤਾਂ ਦੀ ਦੇਖ ਸਕੋ ਕਿਸ ਤਰ੍ਹਾਂ ਪ੍ਰਬੰਧ ਆ ਜਿਹੜੇ ਪੁਖਤਾ ਪ੍ਰਸ਼ਾਸਨ ਵੱਲੋਂ ਵੀ ਚਾਹੇ ਕੀਤੇ ਗਏ ਨੇ, ਤਾਂ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਹੈ। ਤਾਂ ਜਿੱਥੇ ਸੰਗਤਾਂ ਨੇ ਉੱਥੇ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਸੰਗਤਾਂ ਨੇ ਜਿਹੜੀਆਂ ਉਹ ਪੂਰਾ ਮਰਿਆਦਾ ਰੱਖਣ, ਕਿਉਂਕਿ ਪਾਲਕੀ ਸਾਹਿਬ ਆ ਰਹੀ ਹੈ, ਇਸ ਕਰਕੇ ਮਰਿਆਦਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਤਾਂ ਪੂਰੇ ਸ਼ਹਿਰ 'ਚ ਫਰੀਦਕੋਟ ਦੀ ਗੱਲ ਕਰੀਏ ਤਾਂ ਪੂਰੇ ਸ਼ਹਿਰ ਵਿੱਚ ਜਿਹੜਾ ਸੰਗਤਾਂ ਜਿਹੜਾ ਉਹ ਪਹੁੰਚੀਆਂ ਹੋਈਆਂ ਨੇ, ਤਾਂ ਉਸ ਤੋਂ ਪਹਿਲਾਂ ਬੈਂਡ ਬਾਜਾ ਜਿਹੜਾ ਗੱਲ ਕਰੀਏ ਤਾਂ ਬੈਂਡ ਜਿਹੜਾ ਸਕੂਲ ਦਾ ਬਾਬਾ ਫਰੀਦ ਸਕੂਲ ਦਾ ਬੈਂਡ ਹੈ ਜਿਹੜਾ ਉਹ ਅੱਗੇ ਸੀ। ਉਸ ਤੋਂ ਬਾਅਦ ਜਿਹੜੇ ਨੇ ਸ਼ਰਧਾਲੂ ਨੇ ਜਿਹੜੇ ਭਗਤ ਨੇ ਉਹ ਝਾੜੂ ਮਾਰ ਰਹੇ ਨੇ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਪੈਰਾਂ ਥੱਲੇ ਗੰਦਗੀ ਨਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਪਵਿੱਤਰ ਆ ਜਿਹੜਾ ਉਹਨੂੰ ਜਗ੍ਹਾ ਨੂੰ ਰੱਖਿਆ ਜਾਵੇ ਜਿੱਥੋਂ ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਹੈ ਜਿਹੜੀ ਉਹ ਹੋਣੀ ਹੈ। ਤਾਂ ਪੂਰਾ ਸੰਗਤਾਂ ਦਾ ਹੜ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਦੇ ਲਾਡਲੀਆਂ ਫੌਜਾਂ ਉਹ ਵੀ ਪਹੁੰਚੀ ਹੋਈ ਨੇ, ਤਾਂ ਪੂਰਾ ਦਿਖਾ ਰਹੀ ਹੈ ਕਿ ਰਸ਼ ਆ ਜਿਹੜਾ ਉਹ ਪੂਰਾ ਦਿਖਾ ਰਹੀ ਹੈ ਕਿ ਪਾਲਕੀ ਸਾਹਿਬ ਸਜੀ ਹੋਈ ਹੈ, ਪਿੱਛੇ ਜਿਹੜੀ ਪਾਲਕੀ ਸਾਹਿਬ ਦਾ ਪੂਰਾ ਮਰਿਆਦਾ ਰੱਖੀ ਹੈ, ਤਾਂ ਪੁਖਤਾ ਪ੍ਰਬੰਧ ਨੇ ਪੁਲਿਸ ਨੂੰ ਕੀਤੇ ਗਏ ਨੇ। ਇਸ ਕਰਕੇ ਜਿਹੜਾ ਹੜ ਆ ਉਹ ਆਇਆ ਹੋਇਆ ਤਾਂ ਦਿਖਾ ਰਹੀ ਹੈ ਕਿ ਕਿਸ ਤਰ੍ਹਾਂ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ, ਤਾਂ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਉਹ ਇੱਥੇ ਗੁਰਜਰ ਦਾ ਪਾਲਕੀ ਸਾਹਿਬ ਜਿਹੜੇ ਉਹ ਸਜੇ ਉਹਨਾਂ ਦਾ ਦੱਸ ਰਹੀ ਸੀ। ਹੁਣ ਜਿਹੜੀ ਇੱਥੋਂ ਜਗ੍ਹਾ ਤੋਂ ਜਾ ਕੇ ਸਮਾਪਤੀ ਹੈ ਜਿਹੜੀ ਗੋੜੀ ਸਾਹਿਬ, ਤਾਂ ਗੋੜੀ ਸਾਹਿਬ ਤੋਂ ਬਾਅਦ ਜਿਹੜਾ ਉੱਥੇ ਸਨਮਾਨ ਜਿਹੜਾ ਪ੍ਰੋਗਰਾਮ ਸਨਮਾਨ ਦਾ ਰੱਖਿਆ ਗਿਆ ਉਹ ਉੱਥੇ ਹੋਵੇਗਾ। ਤਾਂ ਮਹਾਰਾਜ ਦੀ ਸਵਾਰੀ ਤੁਸੀਂ ਤਸਵੀਰਾਂ ਦਿਖਾ ਦਾਂ ਕਿ ਮਹਾਰਾਜ ਦੀ ਸਵਾਰੀ ਜਿਹੜੀ ਇੱਥੇ ਸੁਸ਼ੋਭਿਤ ਕੀਤੀ ਗਈ ਹੈ, ਤਾਂ ਪਾਲਕੀ ਸਾਹਿਬ
ਫਾਲਕੀ ਸਾਹਿਬ ਦੇ ਵਿੱਚ ਰਾਂਝੇ ਕੋੜੀ ਸਾਹਿਬ ਤੱਕ ਜਾਣਾ ਤਾਂ ਗੁਰੂ ਦੇ ਲਾੜੀਆਂ ਫੌਜਾਂ ਇਹ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਸਾਡਾ ਫਰੀਦਕੋਟੀਆਂ ਦਾ ਮਾਣ ਮੱਤਾ ਇਤਿਹਾਸ ਤੇ ਸਾਡੇ ਪੂਰਵਜਾਂ ਵੱਲੋਂ ਇਹ ਸ਼ੁਰੂ ਕੀਤਾ ਗਿਆ ਨਗਰ ਕੀਰਤਨ ਜੋ 23 ਸਤੰਬਰ ਵਾਲੇ ਦਿਨ ਟਿੱਲਾ ਬਾਬਾ ਸ਼ੇਖ ਫਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਤੱਕ ਪਹੁੰਚਦਾ ਇਸ ਨਗਰ ਕੀਰਤਨ ਦੇ ਵਿੱਚ ਬਾਬਾ ਫਰੀਦ ਨੂੰ ਪਿਆਰ ਕਰਨ ਵਾਲੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਵਿਸ਼ਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਕੱਠੀਆਂ ਹੁੰਦੀਆਂ ਤੇ ਤੁਸੀਂ ਵੇਖੋ ਕਿੰਨਾ ਇਕੱਠ ਹੈ ਇਸ ਨਗਰ ਕੀਰਤਨ ਦੇ ਵਿੱਚ।